ਸਤਿ ਸ਼੍ਰੀ ਅਕਾਲ ਜੀ। ਬੜੀ ਦੁੱਖ ਦੀ ਖਬਰ ਹੈ ਕਿ ਪੰਜਾਬ ਦੀ ਜਿਹੜੇ ਸਾਡੇ ਗੀਤਾਂ 'ਚ ਸੁਣੇ ਜਾਣ ਵਾਲੀ ਬਹੁਤ ਉੱਚੀ ਆਵਾਜ਼ ਸੀ, ਔਰ ਮੈਂ ਸਮਝਦਾ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ ਸਾਡਾ ਛੋਟਾ ਵੀਰ ਸਿੱਧੂ ਮੂਸੇਵਾਲਾ। ਉਹਨਾਂ ਦੇ ਕਤਲ ਦੀ ਖਬਰ ਸੁਣ ਕੇ ਮੰਨੋ ਕਿ ਸਰੀਰ ਇੱਕ ਤਰ੍ਹਾਂ ਨਾਲ ਸੁੰਨ ਹੋ ਗਿਆ। ਜਵਾਨ ਪੁੱਤ ਔਰ ਉਹ ਵੀ ਕਾਬਿਲ ਤੇ ਨਾਮ ਕਮਾਉਣ ਵਾਲਾ ਜਿਹੜਾ ਪਰਿਵਾਰ ਦਾ ਪੁੱਤ ਸੀ, ਇਸ ਤਰ੍ਹਾਂ ਦਿਨ ਦਿਹਾੜੇ ਚਿੱਟੇ ਦਿਨ ਕਤਲ ਹੋ ਜਾਣਾ, ਔਰ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ। ਪੰਜਾਬ ਸਰਕਾਰ ਨੇ ਜਿਹਨੇ ਕੱਲ ਹੀ ਸਿਕਿਉਰਿਟੀ ਵਾਪਸ ਲਈ, ਔਰ ਸਿਕਿਉਰਿਟੀ ਵਾਪਸ ਲੈਣ ਤੋਂ ਬਾਅਦ ਕਦੇ ਵੀ ਇਹ ਨਹੀਂ ਹੋਇਆ ਕਿ ਸਿਕਿਉਰਿਟੀ ਵਾਪਸ ਲੈ ਕੇ ਤੇ ਅਖਬਾਰਾਂ ਚ ਖਬਰਾਂ ਝੂਠੀ ਸ਼ੋਹਰਤ ਖੱਟਣ ਲਈ, ਝੂਠੀ ਇੱਕ ਕਹਿ ਲਈਏ ਕਿ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਦਿੱਤੀਆਂ ਜਾਂਦੀਆਂ। ਹੁਣ ਇਹ ਪਹਿਲੀ ਸਰਕਾਰ ਹੈ, ਔਰ ਅਸੀਂ ਪਹਿਲੇ ਦਿਨ ਵੀ ਇਹ ਗੱਲ ਕਹੀ ਸੀ ਵੀ ਸਿਕਿਉਰਿਟੀ ਜਿਹਦੀ ਵਾਪਸ ਲੈਣੀ ਹੋਵੇ ਉਹਦਾ ਅਖਬਾਰਾਂ ਚ ਨਹੀਂ ਆਉਣਾ ਚਾਹੀਦਾ। ਮੈਂ ਸਮਝਦਾ ਕਿ ਅੱਜ ਭਗਵੰਤ ਮਾਨ ਸਾਹਿਬ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਜਵਾਬ ਦੇਣਾ ਪਏਗਾ ਕਿ ਸਿਕਿਉਰਿਟੀ ਵਾਪਸ ਹੋਣ ਤੋਂ ਬਾਅਦ ਜਿਹੜਾ ਤੁਸੀਂ ਅਖਬਾਰਾਂ ਚ ਪ੍ਰਚਾਰਦੇ ਸੀ ਉਹ ਨਤੀਜਾ ਤੁਹਾਡੇ ਸਾਹਮਣੇ ਹੈ। ਤੇ ਮੈਂ ਹੱਥ ਜੋੜ ਕੇ ਸਾਰੇ ਸੱਜਣਾਂ ਨੂੰ ਬੇਨਤੀ ਵੀ ਕਰਨੀ ਚਾਹੂੰਗਾ ਕਿ ਪੰਜਾਬ ਆਪਣਾ ਸਾਰਿਆਂ ਦਾ ਸਾਂਝਾ ਹੈ ਭਰਾਵੋ, ਆਪਾਂ ਪੰਜਾਬ ਨੂੰ ਲਹੂ ਲੁਹਾਨ ਨਾ ਕਰੀਏ। ਕੀ ਇਹਦੇ ਪਿੱਛੇ ਸਾਜਿਸ਼ ਹੈ, ਕੀ ਇਹਦੇ ਪਿੱਛੇ ਕਾਰਨ ਹੈ? ਪਹਿਲਾਂ ਵੀ ਸਾਡੇ ਬਹੁਤ ਸਾਰੇ ਨੌਜਵਾਨ ਇਸ ਗੋਲੀਆਂ ਦੀ ਭੇਟ ਚੜ ਚੁੱਕੇ ਹੈ। ਪਹਿਲਾਂ ਪੰਜਾਬ ਬੜਾ ਤਪਦਾ ਰਿਹਾ ਬੜਾ ਲੰਮਾ ਸਮਾਂ। ਮੇਰੀ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਸੱਜਣ ਕਿਸੇ ਨਾ ਕਿਸੇ ਤਰੀਕੇ ਰੰਜਿਸ਼ 'ਚ ਆ ਕੇ, ਗੁੱਸੇ 'ਚ ਆ ਕੇ, ਜਾਂ ਕਿਹੜੀਆਂ ਤਾਕਤਾਂ ਜਿਹੜੀਆਂ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੀਆਂ, ਕਿਰਪਾ ਕਰਕੇ ਇਹ ਨਾ ਕਰੋ ਯਾਰ, ਨਾ ਕਰੋ। ਸਭ ਦੇ ਬੱਚੇ, ਸਭ ਦਾ ਪੰਜਾਬ ਆਪਣਾ ਸਾਰਿਆਂ ਦਾ ਸਾਂਝਾ। ਬੜੇ ਦੁੱਖ ਦੀ ਗੱਲ ਹੈ, ਕੋਈ ਸ਼ਬਦ ਨਹੀਂ ਲੱਭਦੇ ਕਿ ਕਿਸ ਸ਼ਬਦਾਂ ਨਾਲ ਅੱਜ ਇਹ ਗੱਲਾਂ ਨੂੰ ਬਿਆਨ ਕਰੀਏ। ਬਹੁਤ ਬਹੁਤ ਜ਼ਿਆਦਾ ਦਿਲ ਦੁਖੀ ਹੈ ਕਿ ਪੰਜਾਬ ਸਾਡਾ ਜਾ ਕਿੱਧਰ ਨੂੰ ਰਿਹਾ। ਬਹੁਤ ਅਫਸੋਸ, ਮਾਂ ਪਿਓ ਨਾਲ ਕੋਈ ਸ਼ਬਦ ਨਹੀਂ ਹੈ ਕਿ ਉਸ ਮਾਂ ਪਿਓ ਨੂੰ ਕਿਹੜੇ ਸ਼ਬਦ ਦਿਲਾਸਾ ਦੇ ਸਕਦੇ ਆ। ਔਰ ਪੰਜਾਬ ਦੀ ਮਿੱਟੀ, ਪੰਜਾਬ ਦਾ ਜਿੱਥੇ ਖੂਨ ਡੁੱਲਦਾ ਹੈ, ਉਹਨੂੰ ਕੀ ਕਹੀਏ ਕਿ ਅਸੀਂ ਕੋਈ ਦੇਸ਼ ਦੀ ਲੜਾਈ ਲੜ ਰਹੇ ਹਾਂ ਜਾਂ ਕੀ ਕਰ ਰਹੇ ਹਾਂ, ਕਿਹੜੇ ਪਾਸੇ ਨੂੰ ਇਹ ਜਾ ਰਹੇ ਹਾਂ? ਹੱਥ ਜੋੜ ਕੇ ਬੇਨਤੀ ਆ ਯਾਰ, ਪੰਜਾਬ ਨੂੰ ਸੰਭਾਲੋ, ਔਰ ਸਰਕਾਰ ਨੂੰ ਬੇਨਤੀ ਹੈ ਕਿ ਤੁਹਾਨੂੰ ਬਹੁਤ ਵੱਡਾ ਮੈਂਡੇਟ ਦਿੱਤਾ, ਪੰਜਾਬ ਦੀ ਸ਼ਾਂਤੀ ਬਹੁਤ ਕੀਮਤ ਤੇ ਮਿਲੀ ਹੈ, ਕਿਰਪਾ ਕਰਕੇ ਇਹਦੀ ਸ਼ਾਂਤੀ ਨੂੰ ਲਾਂਬੂ ਲੱਗ ਰਿਹਾ, ਇਹਨੂੰ ਸੰਭਾਲੋ ਪਲੀਜ਼। ਅਫਸੋਸ।